ਹਾਂਜੀ, ਅੱਜ ਹੈਗਾ ਸੰਡੇ, ਸਨਰਾਈਜ਼ ਹੋ ਚੁੱਕਿਆ। ਮੈਂ ਤੇ ਪ੍ਰਤੀਕ ਆ ਗਿਆ ਕੋਠੇ ਤੇ ਉੱਪਰ, ਪ੍ਰਤੀਕ ਕਹਿੰਦਾ ਧੁੱਪ 'ਚ ਜਾ ਕੇ ਖੇਡਣਾ। ਸੋ ਹੈਲੋ ਐਵਰੀਵਨ, ਵੈਲਕਮ ਬੈਕ ਟੂ ਆਰ ਚੈਨਲ, ਆਈ ਹੋਪ ਯੂ ਗਾਈਜ਼ ਆਰ ਐਵਰੀ ਫਾਈਨ। ਨਵੇਂ ਵਲੌਗ ਦੇ ਸਾਡਾ ਫਿਰ ਤੋਂ ਵੈਲਕਮ ਕਰਦੇ ਹਾਂ। ਹਾਂਜੀ, ਅੱਜ ਸੰਡੇ ਆ, ਮੈਂ ਫ੍ਰੀ ਹਾਂ ਪੂਰੀ ਤਰ੍ਹਾਂ, ਅਤੇ ਅੱਜ ਵਾਲਾਂ ਦੀ ਕਟਿੰਗ ਵੀ ਕਰਾ ਕੇ ਆਉਣੀ ਹੈ। ਬਹੁਤ ਵੱਡੇ ਵੱਡੇ ਹੋ ਚੁੱਕੇ ਨੇ, ਅਤੇ ਸਕੂਲ ਦੇ ਵਿੱਚ ਫਿਰ ਫੰਕਸ਼ਨ ਵੀ ਆ ਰਿਹਾ, ਉਹਦੀ ਵੀ ਤਿਆਰੀ ਕਰ ਰਹੀ ਹੈ। ਪ੍ਰਤੀਕ ਦੀ ਕਟਿੰਗ ਹੋ ਚੁੱਕੀ ਹੈ, ਇਹਦੇ ਮੰਮਾ ਨੇ ਕਰਤੀ ਸੀ। ਫਿਲਹਾਲ ਅਸੀਂ ਕਰਦੇ ਹਾਂ ਵਾਕ, ਅਤੇ ਪ੍ਰਤੀਕ ਕਰੇਗਾ ਰਨਿੰਗ। ਪ੍ਰਤੀਕ ਰਨਿੰਗ ਕਰੇਗਾ ਕਿ ਜੰਪਿੰਗ ਕਰੇਗਾ? ਜੰਪਿੰਗ, ਜੰਪ ਕਰ ਚੱਲ ਫਿਰ। 1, 2, 3, 4, 5, 1, 2, 3। ਗੁੱਡ। ਪ੍ਰਤੀਕ ਮੈਨੂੰ ਕਹਿੰਦਾ ਕਿ ਆਹ ਸਾਰੀਆਂ ਖੇਡਾਂ ਉੱਪਰ ਲਿਆਓ, ਮੈਂ ਇਹਦੇ ਨਾਲ ਖੇਡੂੰਗਾ। ਇੱਥੇ ਲਿਆ ਕੇ ਰੱਖ ਲਈਆਂ, ਹੁਣ ਖੇਡਦਾ ਇਹਦੇ ਨਾਲ ਹੈ ਨਹੀਂ। ਬਸ ਖੇਡਣਾ ਕੀ ਹੈ? ਜੰਪਿੰਗ, ਜੰਪਿੰਗ ਕਰਨੀ ਹੈ। ਚੱਲ ਫਿਰ ਜੰਪਿੰਗ ਹੀ ਕਰੀ, ਚੱਲ ਹੁਣ ਤੂੰ ਪੂਰੀ, ਠੀਕ ਹੈ? ਪ੍ਰਤੀਕ ਨੇ ਨੀਚੋਂ ਬੈਲੂਨ ਮੰਗਵਾ ਲਿਆ, ਅਤੇ ਦੇਖਦੇ ਦੇਖਦੇ ਇੱਧਰ ਬੱਦਲ ਆ ਗਏ ਨੇ, ਸੂਰਜ ਛਿਪ ਚੁੱਕਿਆ। ਹਾਂ, ਕੀ ਕਰਨਾ? ਇਹਨੂੰ ਰੱਸੀ ਨਾਲ ਬੰਨ ਲਓ। ਪਤੰਗ ਹੈ ਇਹ, ਦੱਸ। Sometimes I still hear your voice, it's telling me you'll catch my phone, so how do I... Welcome back, ਅਤੇ ਅੱਜ ਹੈਗਾ ਨੈਕਸਟ ਡੇ। ਮੈਂ ਅਜੇ ਸਕੂਲੋਂ ਆਇਆ ਹੀ ਸੀ, ਆਉਣ ਸਾਰੀ ਬਸ ਇੱਧਰ ਖੇਤ ਆਉਣਾ ਪੈ ਗਿਆ ਡੈਡੀ ਦੇ ਨਾਲ, ਮੋਟਰ ਬੰਦ ਕਰਕੇ ਜਾਣੀ ਸੀ, ਅਤੇ ਨਾਲ ਦੀ ਨਾਲ ਉਹਦਾ ਡੈਡੀ ਗਏ ਨੇ ਉੱਧਰ ਆਪਦਾ ਨੱਕਾ ਨੁੱਕਾ ਚੇਂਜ ਕਰਨ ਵਾਸਤੇ, ਅਤੇ ਇੱਧਰ ਮੈਂ ਸਬਜ਼ੀ ਨੂੰ ਪਾਣੀ ਲਾ ਰਿਹਾ। ਇਹ ਨੇ ਜੁਗਾੜ, ਇਹ ਜੁਗਾੜਮੈਂਟ ਕਰਕੇ ਸਬਜ਼ੀ ਨੂੰ ਪਾਣੀ ਲਾ ਰਹੇ ਹਾਂ। ਬਸ ਭਰਨ ਵਾਲੀ ਹੋਈ ਆ ਖਾਲੀ, ਜਾ ਰਿਹਾ ਪਾਣੀ। ਚਲੋ ਜੀ, ਭਰ ਗਿਆ, ਸੋ ਬੰਦ ਕਰ ਦਈਏ ਇਹਨੂੰ, ਭਰ ਗਿਆ ਤਾਂ। ਲਓ ਵੀ ਆਹੀ ਇੱਕ ਖਾਲੀ 'ਚ ਪਾਣੀ ਲਾਉਣਾ ਸੀ, ਅਤੇ ਫੁੱਲ ਹੋ ਗਈ ਆ ਪੂਰੀ, ਕੰਮ ਹੋ ਗਿਆ ਡਨ। ਅਤੇ ਉੱਧਰ ਦੇਖ ਕੇ ਆਉਂਦੇ ਨੇ ਕਿਆਰਾ ਕਿੰਨਾ ਕੁ ਭਰ ਗਿਆ, ਅਤੇ ਜੇ ਆਲਮੋਸਟ ਭਰਨ ਵਾਲਾ ਹੋਇਆ ਜਾਂ ਥੋੜ੍ਹਾ ਬਹੁਤ ਹੀ ਰਹਿੰਦਾ ਹੋਇਆ, ਬਸ ਇਹਨੂੰ ਬੰਦ ਕਰਕੇ ਮੋਟਰ ਨੂੰ ਚਲੇ ਜਾਵਾਂਗੇ। ਖੇਤ ਸ਼ਾਮ ਨੂੰ ਨਜ਼ਾਰੇ ਬਹੁਤ ਨੇ। ਸਕੂਟੀ ਦਾ ਚਾਰਜ ਖਰਾਬ ਹੋਇਆ ਵਿਆ, ਅਤੇ ਅੱਜ ਉਹ ਸਮਰਾਉਣਾ ਦੇ ਕੇ ਮਤਲਬ ਕਿ ਆਏ ਨੇ, ਹੋਪ ਸੋ ਠੀਕ ਹੋ ਜੂਗਾ ਉਹ, ਕਿਉਂਕਿ ਜਿੱਥੇ ਅਸੀਂ ਫੜਾ ਕੇ ਆਏ ਹਾਂ ਉਹ ਸੈੱਟ ਕਰਨ ਵਾਸਤੇ, ਉਹ ਕਹਿੰਦੇ ਵੀ ਚਾਰਜਰ ਤੁਹਾਡਾ ਸੈੱਟ ਹੋ ਜਾਣਾ। ਸਾਡਾ ਇੱਕ ਪੁਰਾਣਾ ਚਾਰਜਰ ਵੀ ਪਿਆ ਸੀਗਾ, ਮੇ ਵੀ ਉਹ ਵੀ ਸੈੱਟ ਹੋ ਜਾਵੇ। ਅਤੇ ਅੱਗੇ ਡੈਡੀ ਕੀ ਕਰਦੇ ਸੀਗੇ, ਸਕੂਟੀ 'ਤੇ ਆ ਜਾਂਦੇ ਸੀ ਗੇੜਾ ਗੂੜਾ ਮਾਰਨ ਵਾਸਤੇ, ਅਤੇ ਹੁਣ ਮੋਟਰਸਾਈਕਲ ਚੱਕਣਾ ਪੈਂਦਾ, ਅਤੇ ਸਾਨੂੰ ਇੱਕ ਇਹਨਾਂ ਨੂੰ ਨਾਲ ਆਉਣਾ ਪੈਂਦਾ ਕਿਉਂਕਿ ਡੈਡੀ ਨੂੰ ਮੋਟਰਸਾਈਕਲ ਆਉਂਦਾ ਨਹੀਂ। ਅਤੇ ਅੱਜ ਬ੍ਰਦਰ ਗਿਆ ਸੀ ਦੂਸਰੇ ਖੇਤ, ਇਸ ਲਈ ਮੈਨੂੰ ਨਾਲ ਆਉਣਾ ਪਿਆ। ਜਦੋਂ ਹੀ ਬਸ ਮੈਂ ਸਕੂਲੋਂ ਆਇਆ ਸੀ, ਬਸ 5 ਮਿੰਟ ਹੀ ਖੜ੍ਹੇ ਹਾਂ, ਉਹਦੀ ਨਾਲ ਦੀ ਨਾਲ ਇੱਧਰ ਆਉਣਾ ਪੈ ਗਿਆ। ਕੱਲ੍ਹ ਸੰਡੇ ਸੀ, ਅਤੇ ਕਟਿੰਗ ਕਰਵਾਉਣ ਦਾ ਟਾਈਮ ਹੀ ਨਹੀਂ ਲੱਗਿਆ, ਅਰਜੈਂਟਲੀ ਜਾਣਾ ਪੈ ਗਿਆ ਸੀ ਕਿਤੇ। ਸੋ ਹੁਣ ਟਾਈਮ ਹੈਗਾ, ਕੱਲ੍ਹ ਨੂੰ ਫੰਕਸ਼ਨ ਹੈ, ਅਤੇ ਹੁਣ ਕਟਿੰਗ ਕਰਾ ਕੇ ਆਵਾਂਗੇ, ਅਤੇ ਇਸ ਤੋਂ ਬਾਅਦ ਇੱਕ ਵਿਆਹ ਵੀ ਆ ਰਿਹਾ, ਉਹ ਵਿਆਹ ਵੀ ਅਟੈਂਡ ਕਰਨਾ। ਸੋ ਹੁਣ ਇੱਥੇ ਘਰ ਜਾ ਕੇ ਕਟਿੰਗ ਕਰਾਉਣ ਜਾਣੀ ਆ,
ਕਟਿੰਗ ਕਰਾਉਣੇ ਆ ਫਿਰ। ਲਓ ਵੀ ਪਾਈਪ ਨੂੰ ਉੱਪਰ ਰੱਖਤਾ, ਲੋਡ ਪੈਣ 'ਤੇ ਇਹਦੀ ਵਰਤੋਂ ਕੀਤੀ ਜਾਂਦੀ ਆ, ਬਹੁਤ ਕੰਮ ਆਉਂਦਾ ਇਹ ਪਾਈਪ। ਲਓ ਜੀ ਮੋਟਰ ਕਰ ਦਿੱਤੀ ਗਈ ਹੈ ਬੰਦ, ਅਤੇ ਹੁਣ ਚੱਲਦੇ ਹਾਂ ਘਰਾਂ ਨੂੰ, ਜਾ ਕੇ ਕੱਪੜੇ ਚੇਂਜ ਕਰਦੇ ਹਾਂ ਅਤੇ ਕਟਾਉਣੇ ਹਾਂ ਬਾਲ। ਲਓ ਜੀ ਆਹ ਬੈਜ ਮੈਨੂੰ ਮਿਲਿਆ ਸੀਗਾ ਯੂਨੀਫਾਰਮ 'ਤੇ ਲਗਾਉਣ ਵਾਸਤੇ ਫੰਕਸ਼ਨ ਦਾ ਕਰਕੇ, ਕੱਲ੍ਹ ਨੂੰ ਫੰਕਸ਼ਨ ਹੈ, ਪ੍ਰਤੀਕ ਨੇ ਦੇਖ ਲਿਆ ਅਤੇ ਕਹਿੰਦਾ ਮੇਰੇ ਲਗਾਓ। ਹੁਣ ਲਗਾ ਕੇ ਇੱਧਰ ਸੋਹਣੀਆਂ ਕਾਫੀਆਂ ਦਿਖਾਉਣ ਜਾਂਦਾ, ਬਸ ਜਿਹੜੀ ਚੀਜ਼ ਨਵੀਂ ਮਿਲ ਜੇ ਪਹਿਲਾਂ ਇੱਧਰ ਦਿਖਾ ਕੇ ਆਉਣੀ ਆ। ਲਓ ਜੀ ਕਟਿੰਗ ਕਰਾ ਲਏ, ਜ਼ਿਆਦਾ ਟਾਈਮ ਹੈ ਨਹੀਂ ਸੀਗਾ, ਟਾਈਮ ਘੱਟ ਸੀ, ਮੈਂ ਅਤੇ ਪ੍ਰਤੀਕ ਦੋਨੋਂ ਗਏ ਸੀ ਅਤੇ ਬਸ ਸਿਰਫ ਬੀਅਰਡ ਹੀ ਸੈੱਟ ਕਰਾ ਕੇ ਆਇਆ, ਸੋ ਟਾਈਮ ਜ਼ਿਆਦਾ ਹੈ ਨਹੀਂ ਸੀ। ਸੋ ਬਲੌਗ ਦਾ ਇੱਥੇ ਐਂਡ ਕਰਦੇ ਹਾਂ, ਅਗਲੇ ਬਲੌਗ ਤੁਹਾਨੂੰ ਮਿਲਦੇ ਹਾਂ, ਅਤੇ ਕੱਲ੍ਹ ਸਕੂਲ ਦੇ ਵਿੱਚ ਜੇ ਪਰਮਿਸ਼ਨ ਮਿਲੀ ਤਾਂ ਫੰਕਸ਼ਨ ਦਾ ਬਲੌਗ ਜ਼ਰੂਰ ਬਣਾਇਆ ਜਾਏਗਾ। ਸੋ ਮਿਲਦੇ ਹਾਂ ਅਗਲੇ ਬਲੌਗ 'ਚ, ਟੇਕ ਕੇਅਰ, ਬਾਏ ਬਾਏ।